ਅਸਲਾਮ ਅਲੈਕਮ ਦੋਸਤੋ ਮੈਂ ਮੁੰਦਸਰ ਔਰ ਤੁਸੀਂ ਮੇਰਾ ਦੇਖ ਰਹੇ ਹੋ ਚੈਨਲ YouTube ਤੇ ਜਿਸ ਤਰ੍ਹਾਂ ਵੋਟਾਂ ਦੇ ਦਿਨ ਆ ਗਏ ਆ ਵੋਟ ਪੈਣੇ ਆ ਹੁਣ ਤੇ ਹਰ ਕੋਈ ਆ ਕੋਸ਼ਿਸ਼ ਕਰ ਰਿਹਾ ਵਾ ਕਿ ਉਹਦੀ ਪਾਰਟੀ ਜਿੱਤੇ ਜਾਂ ਉਹ ਜਿੱਤ ਜਾਣ ਜਾਂ ਪਤਾ ਨਹੀਂ ਕੀ ਹੋ ਜੇ ਯਾਰ ਬਕਵਾਸ ਗੱਲ ਕਰ ਰਿਹਾ ਮੈਂ ਸ਼ਾਇਦ ਨਾ ਫਜ਼ੂਲ ਮੈਨੂੰ ਬੋਲਣਾ ਨਹੀਂ ਆਉਂਦਾ ਦੋਸਤੋ ਔਰ ਲੇਕਿਨ ਮੈਂ ਚਾਹੁੰਦਾ ਕਿ ਮੇਰਾ YouTube ਚੈਨਲ ਚੱਲ ਜੇ ਉਹਦੇ ਚੱਲਣ ਲਈ ਮੈਨੂੰ ਕੀ ਕਰਨਾ ਚਾਹੀਦਾ ਯਾਰ ਉਹ ਸਾਰ ਸੱਤ ਗੱਲ ਕਰਨੀ ਚਾਹੀਦੀ ਹੈ ਜਿਹੜੀ ਮੈਨੂੰ ਨਹੀਂ ਆਂਦੀ ਮੈਨੂੰ ਮੈਨੂੰ ਕੋਈ ਗੱਲ ਨਹੀਂ ਆਂਦੀ ਫਿਰ ਮੈਂ ਹੁਣ ਕੀ ਕਰਾਂ ਮੇਰਾ ਕਹਿੰ ਚੈਨਲ ਚੱਲੂਗਾ ਯਾਰ ਪਰੇਸ਼ਾਨ ਆ ਮੈਨੂੰ 1 ਸਾਲ ਹੋ ਗਿਆ ਮੈਂ ਚੈਨਲ ਬਣਾਇਆ ਹੈ ਪਰ ਉਹ ਚੱਲ ਨਹੀਂ ਰਿਹਾ ਯਾਰ ਅੱਛਾ ਮੈਂ ਚਲਾਉਂਗਾ ਮੈਂ ਕੁਝ ਨਾ ਕੁਝ ਤਾਂ ਕਰੂੰਗਾ ਪਤਾ ਨਹੀਂ ਮੈਂ ਕੀ ਕਰੂੰਗਾ ਮੈਨੂੰ ਨਹੀਂ ਪਤਾ ਮੈਨੂੰ ਕੀ ਕਰਨਾ ਚਾਹੀਦਾ ਪਰ ਮੈਂ ਕੁਝ ਨਾ ਕੁਝ ਤਾਂ ਕਰੂੰਗਾ ਮੈਂ ਕੋਈ ਖਿਚੜੀ ਬਣਾਉਂਗਾ ਜਿੱਤੇ ਨਾਲ ਜਿਹੜਾ ਕਿ ਉਹ ਮੇਰਾ ਚੈਨਲ ਚੱਲੂ ਮੈਂ ਪੈਸੇ ਕਮਾਉਂ ਉਹਦੇ ਤੋਂ ਤੇ ਮੈਂ ਉਹਦੇ ਤੋਂ ਜਿਹੜਾ ਯਾਸ਼ੀ ਕਰਾਂ ਫਿਰ ਮੈਂ ਫਿਰ ਯਾਸ਼ੀ ਕਰਾਂ ਹੈਨਾ ਇੰਨੇ ਕੁ ਪੈਸੇ ਕਿੰਨੇ ਕੁ ਪੈਸੇ ਚਾਹੀਦੇ ਨੇ ਮੈਨੂੰ मैनू चाहिए ने बहुत ज़्यादा पैसे तकरीबन मैं चाहता पैंती लख रुपया चाहिए है हाँ पैंती लख रुपया अगर मैनू मिल जाए है है ना तो फिर मैं कि कराँगा यार पहले तो मैं रोटी खाऊंगा रोटी तो खाऊंगा। बावन नगर दी रोटी नहीं अच्छी यार कोई भी कोई भी होटल ना मज़ा नहीं देता रोटी नहीं मजा नहीं दी बिल्कुल नहीं दी मिंजनाबाद भी नहीं पाक पतन भी नहीं इतो रोटी का मजा ही नहीं आता साहिवाल आंदा रोटी का मज़ा हाँ साईवाल रोटी अच्छी मिल जाती है अच्छा सालन मिल जाता अच्छे होटल ने भाई साईवाल अच्छे होटल ने हाँ सही बाल चो खाऊँगा नहीं तो लाहौर हाँ लाहौरों रोटी लाहौर तो फिर लाहौर है बाबा है ना तो मतलब दाल चौल ही बहुत मजा आता खाने है ना सौ रुपये के दाल चावल खाओ तो बहुत मजा आ जाता है हाँ मैं खाऊंगा खाऊँगा लाहौरों हाँ लाहौरों रोटी जी है वो बड़े बड़े होटल ने उत्थे बड़े चस्ा वाले होटल ने या गुजर ला ਸ਼ੇਰਾਂ ਵਾਲੇ ਬਾਗ ਜਿਹੜਾ ਕੀ ਦਰਵਾਜ਼ੇ ਦਾ ਨਾ ਸਿਆਲਕੋਟੀ ਦਰਵਾਜ਼ਾ ਜਿਹੜਾ ਹੈ ਉੱਥੇ ਬੜਾ ਪਚਾਸਾ ਉੱਥੇ ਬੜੀ ਲੱਜ਼ਤ ਹੈ ਉੱਥੇ ਹੁਣ ਤੇ ਖੈਰ ਵੱਧ ਗਿਆ ਹੋਣਾ ਕੰਮ ਜਦੋਂ ਅਸੀਂ ਮਤਲਬ ਖਾਂਦੇ ਹੁੰਦੇ ਸੀ ਜਦੋਂ ਉਹ ਤੋਂ ਪਹਿਲੇ ਤੇ ਸਿਆਲਕੋਟੀ ਦਰਵਾਜ਼ਾ ਹੁੰਦਾ ਸੀ ਨਾ ਹੁਣ ਤੇ ਮਤਲਬ ਜਗਾ ਜਗਾ ਤੇ ਬਿਹਤਰੀਨ ਤੋਂ ਬਿਹਤਰੀਨ ਹੋਟਲ ਖੁੱਲ ਗਏ ਨੇ ਚਿੜੀ ਚਿੜੇ ਨੇ ਮੇਰੇ ਮੂੰਹ ਚ ਪਾਣੀ ਆ ਗਿਆ ਗੁਜਰਾਂ ਵਾਲੇ ਦਾ ਨਾ ਤੋਂ ਲਾਹੌਰ ਕੁਝ ਵੀ ਨਹੀਂ ਹੈ ਗੁਜਰਾਂ ਵਾਲੇ ਦੇ ਖਾਣੇ ਦੇ ਅੱਗੇ ਨਾ ਗੁਜਰਾਂਲਾ ਇੰਜ ਵੀਆਈਪੀ ਮੌਲ ਹੈ ਪੂਰਾ ਮਜ਼ਾ ਹੈ ਚਸੀ ਚਸੇ ਮਤਲਬ ਮੈਨੂੰ ਚਸ ਆ ਰਹੀ ਹੈ ਮੈਨੂੰ ਸੋਚ ਕੇ ਚਸ ਆ ਰਹੀ ਹੈ ਯਾਰ ਅੱਛਾ ਇੱਕ ਤੇ ਰੋਟੀ ਖਾਉਂਗਾ ਗੱਲ ਹੋ ਰਹੀ ਸੀ 35 ਲੱਖ ਦੀ 35 ਲੱਖ ਆ ਜਾਏਗਾ ਤੇ ਫਿਰ ਮੈਂ ਰੋਟੀ ਖਾਉਂਗਾ ਹਮ ਅੱਛਾ ਰੋਟੀ ਖਾਣ ਤੋਂ ਬਾਅਦ ਮੈਂ ਕੀ ਕਰੂੰਗਾ रोटी खान तो बाद मैं की करूँगा मैं भूल गया यार मैं की करूँगा रोटी खान तो बाद दिल नहीं करता यार वीडियो बनाने बहुत औखा काम है वीडियो बनाना ना बहुत ही औखा काम है मतलब तुम ऐसी कैमरे के अगे बोलो कल बोली जाओ पता नहीं की कह रहे हो बोली जाओ तुम्हें कोई गल नहीं है यार मतलब गल है वे जेडे कर रहे ने वो, जारी गल है वो ਬੜੀ ਹਿੰਮਤ ਹੈ ਉਹਨਾਂ ਲੋਕਾਂ ਦੀ ਬੜਾ ਬੜਾ ਜਿਗਰਾ ਚਾਹੀਦਾ ਹੈ ਹੈਨਾ ਮੈਂ ਇਕੱਲਾ ਗੱਲਾਂ ਕਰਿਆ ਹੁਣ ਮੈਂ ਜਿਹੜੀਆਂ ਗੱਲਾਂ ਕੀਤੀਆਂ ਨੇ ਇਹ ਇਕੱਲਿਆਂ ਕੀਤੀਆਂ ਨੇ ਨਾ ਲੇਕਿਨ ਇਕੱਲਿਆਂ ਤੇ ਫਜ਼ੂਲ ਗੱਲਾਂ ਹੋ ਸਕਦੀਆਂ ਨੇ ਕੰਮ ਦੀ ਗੱਲ ਕੰਜ ਹੁੰਦੀ ਹੈ ਇਕੱਲਿਆਂ ਯਾਰ ਅੱਛਾ ਕੰਮ ਦੀ ਗੱਲ ਵੀ ਕਰਿਆ ਕਰੂੰਗਾ ਮੈਂ ਮੈਂ ਕੋਸ਼ਿਸ਼ ਕਰਿਆ ਕਰੂੰਗਾ ਯਾਰ ਤੇ ਗੱਲ ਹੋ ਰਹੀ ਸੀ 35 ਲੱਖ ਦੀ ਕਿ ਅਗਰ ਮੈਂ 35 ਲੱਖ ਕਮਾਉਂਗਾ ਤੇ ਮੈਂ 35 ਲੱਖ ਦਾ ਕਰੂੰਗਾ ਕੀ ਇੱਕ ਤੇ ਰੋਟੀ ਹੋ ਗਈ ਰੋਟੀ ਕਿੰਨੇ ਦੀ ਹੋ ਗਈ ਬੋਸ 1000 ਰੁਪਏ ਜਾਂਦਾ ਨਹੀਂ 1000 ਨਹੀਂ ਲੱਗਦਾ ਹੁਣ ਹੁਣ ਲੱਗਦਾ ਹੈ 2000 ਲੋਰ ਜਾਂਦਾ ਲੱਗ ਜਾਂਦਾ 2000 ਜਾਂਦਾ 2000 ਆਂਦਾ 4000 ਹੋ ਗਿਆ ਇਹ ਫਿਰ ਰਾਜ ਵੀ ਕੁਝ ਖਾਣਾ ਹੈ ਬੰਦੇ ਨੇ ਜ਼ੈਰੀ ਗੱਲ ਹੈ ਭੁੱਖੇ ਆ ਤੇ ਨਹੀਂ ਜਾਣਾ ਨਾ ਹੋਟਲ ਤੇ ਮਤਲਬ ਅੱਛਾ ਲਾ ਲੋ ਯਾਰ ਮਿਹਣ ਕੇ ਲਾ ਲੋ ਤੁਸੀਂ ਮਿੱਥ ਕੇ ਲਾ ਲੋ ਜਿਹੜਾ ਯਾਨੀ ਨਾਪ ਤੋਲ ਕਰਕੇ ਨਾ पांच नहीं छे कुार लग है जड़ा सही जड़ी गल ईमानदारी गल है मतलब हाथ हथ रखो छः हजार लग आग है ठीक है छे हजार लाहौर आता हो गया तो फिर की नाम लेद रोटी खानी है वो किन्ने होगी यार पैंती लाख होना इसलिए ना 15000 ਦੀ ਰੋਟੀ ਕਰ ਲਓ ਹਾਂ ਇੰਨੀ ਖਾ ਸਕਦਾ ਹਾਂ ਹੋਰ ਮੈਂ ਕੀ ਮਤਲਬ ਵੀ ਇਸ ਤੋਂ ਜ਼ਿਆਦਾ ਤੇ ਮਹਿੰਗੀ ਨਹੀਂ ਹੋਣੀ ਕੋਈ ਵੀ ਨਸ਼ਾ ਤੇ ਅਧਰ ਜ਼ਿਆਦਾ ਇੱਕ ਬੰਦੇ ਦੀ ਕੋਈ ਵੀ ਸ਼ਾਇ ਖਾਣ ਦੀ ਹੋ ਇੰਨੀ ਮਹਿੰਗੀ ਹੋਣੀ ਹੈ ਹੈਨਾ ਹਾਂ ਇੰਨੀ ਹੋਣੀ ਹੈ ਮਹਿੰਗੀ ਬੱਕਰੇ ਦਾ ਗੋਸ਼ਤ ਖਾ ਲਾਂਗੇ ਹੈਨਾ ਤੇ 25000 ਵੀਜ਼ਾ ਲਾਇਆ ਸੀ ਰੋਟੀ ਦਾ ਆਪਾਂ ਕਿ 15000 ਲਾਇਆ ਸੀ 15000 15000 ਹਾਂ 15 ਤੇ 6 21000 21000 ਦੀ ਪਹਿਲੀ ਰੋਟੀ ਖਾਣੀ ਹੈ ਮੈਂ ਠੀਕ ਹੈ ਬਾਕੀ ਹਿਸਾਬ ਕਿਤਾਬ ਫੇਰ ਕਰੂੰਗਾ